ਦੋਸਤੋ ਪਰਸੋਂ ਤੀਜਰ ਤੁਸੀਂ ਦੇਖਿਆ ਬਾਈ ਦਾ ਨੀਲੀ ਛੱਤ ਗਾਣਾ ਹਨਾ, ਉਹ ਆਊ ਇੱਕ ਦੋ ਦਿਨਾਂ 'ਚ ਸ਼ਾਇਦ ਆਪਾਂ ਨੂੰ ਦੇਖਣ ਨੂੰ ਮਿਲ ਜੇ। ਤੇ ਜਿਹੜਾ ਡੇਲੋ ਲਾਈਵ ਹੋਇਆ ਸੀ ਲੁਧਿਆਣੇ, ਉਹ 'ਚ ਬਾਈ ਨੇ ਥੋੜ੍ਹਾ ਜਿਹਾ ਦੋ ਤਿੰਨ ਲਾਈਨਾਂ ਪਤਾ ਨਹੀਂ ਗਾਈਆਂ ਸੀ ਨਾ ਉਹ ਗਾਣੇ ਦੀਆਂ, ਤੇ ਉਹ ਆਪਾਂ ਨੂੰ ਮਿਲੀਆਂ ਨੇ, ਆਪਾਂ ਉਹ ਦੇਖਦੇ ਹਾਂ ਫਿਰ ਬਾਅਦ 'ਚ ਫੁੱਲ ਸੌਂਗ ਕੀ ਪਤਾ ਇੱਕ ਦੋ ਦਿਨ 'ਚ ਆ ਜਾਵੇ ਨਾ। ਹੁਣ ਵੇਟ ਤਾਂ ਹੁੰਦੀ ਨਹੀਂ ਗਾਣੇ ਦੀ, ਮੈਂ ਕਿਹਾ ਲਾਈਵ ਸ਼ੋਅ ਦੇਖਦੇ ਹਾਂ ਬਾਈ, ਥੋੜ੍ਹਾ ਜਿਹਾ ਪਤਾ ਲੱਗ ਜੂ ਨਾ ਵੀ ਕਿੱਦਾਂ ਦਾ ਗਾਣਾ। ਹਾਂ ਹਾਂ, ਸੋ ਦੋਸਤੋ ਆਇਓ ਫਿਰ ਕਰਦੇ ਹਾਂ ਸ਼ੁਰੂ, ਦੇਖਦੇ ਹਾਂ ਠੀਕ ਹੈ। ਚੜ੍ਹਦੀ ਇਹਦੇ ਵੈਸੇ ਦੋਸਤੋ ਬੱਬੂ ਮਾਨ ਵਾਂਗੂ ਲਾਈਵ ਮੇਰੇ ਹਿਸਾਬ ਨਾਲ ਨਹੀਂ ਕੋਈ ਕਰ ਸਕਦਾ, ਆਪਾਂ ਕਿਸੇ ਨੂੰ ਮਾੜਾ ਨਹੀਂ ਕਹਿੰਦੇ, ਪਰ ਤੁਸੀਂ ਨੋਟ ਕਰਕੇ ਦੇਖਿਓ ਵੀ ਇਹ ਇੱਕ ਸਮਾਂ ਬੰਨ ਜਾਂਦਾ ਬੰਦਾ, ਇਹਨੇ ਉਹਦੇ ਵਿੱਚ ਗੱਲਾਂ ਵੀ ਕਰਨੀਆਂ ਨੇ, ਠੀਕ ਹੈ, ਜਿਹੜੇ ਜਿਹਨਾਂ ਨੇ ਕਰਾਇਆ ਸਾਰਾ ਪ੍ਰੋਗਰਾਮ ਵਿੱਚ ਉਹਨਾਂ ਦਾ ਵੀ ਨਾਮ ਲੈ ਦੇਣਾ ਹਨਾ, ਠੀਕ ਹੈ, ਉਹਨਾਂ ਨੂੰ ਵੀ ਐਪਰੀਸ਼ੀਏਟ ਕਰ ਦੇਣਾ, ਫਿਰ ਲੋਕਾਂ ਨੂੰ ਵੀ ਜਿਹੜੇ ਲੋਕ ਹਿਲਜੁਲ ਕਰਦੇ ਆ ਉਹਨਾਂ ਨੂੰ ਵੀ ਦੱਸ ਦੇਣਾ, ਉਹਨਾਂ ਨੂੰ ਵੀ ਮਤਲਬ ਹਰੇਕ ਕੋਨੇ ਦੇ ਵਿੱਚ ਬਾਈ ਦੀ ਨਜ਼ਰ ਹੁੰਦੀ ਆ, ਤੇ ਬਹੁਤ ਸੂਝਵਾਨ ਤਰੀਕੇ ਨਾਲ ਲਾਈਵ ਸ਼ੋਅ ਕਰਦੇ ਆ ਇਹ ਹਨਾ। ਬਾਕੀ ਬਾਈ ਕਿਹੜਾ ਅੱਜ ਕੱਲ੍ਹ ਦਾ ਵਾ, 97 ਪਹਿਲਾਂ ਦਾ। ਤੇ ਦੋਸਤੋ 97 'ਚ ਵੀ ਲਾਈਵ ਬਾਈ ਨੇ ਕੀਤਾ ਇੱਕ, ਬਹੁਤ ਦੇਖਿਆ ਸੀਗਾ ਨਾ, ਜਿਹੜਾ ਕੱਲਮ ਕੱਲਾ ਗਾਣਾ ਦੋਸਤੋ ਆਇਆ ਸੀਗਾ, ਤੇ ਉਹ ਉਦੋਂ ਬਾਈ ਨੇ ਉਹ ਲਾਈਨਾਂ ਥੋੜੀਆਂ ਚੇਂਜ ਕੀਤੀਆਂ ਸੀ, ਬਟ ਜਿਹੜਾ ਕੰਪੋਜੀਸ਼ਨ ਸੀ ਉਦੋਂ ਬਣਾਈ ਸੀ ਬਾਈ ਨੇ ਨਾ। ਹਾਂ, ਉਦੋਂ ਦੇਖਿਆ ਲਾਈਵ ਬਾਈ ਬੈਕਗਰਾਉਂਡ ਤੇ ਜਿਵੇਂ ਚਮਕੀਲਾ ਗਾਉਂਦਾ ਹੁੰਦਾ ਸੀ ਨਾ, ਉਦਾਂ ਸਟੇਜ ਲੱਗੀ ਹੋਈ ਸੀਗੀ ਉਸ ਟਾਈਮ ਤੋਂ ਆ ਬਾਈ। ਸੋ ਦੋਸਤੋ ਬਹੁਤ ਵਧੀਆ ਸੀਗਾ, ਆਪਾਂ ਲਾਈਵ ਇਹਦੀਆਂ ਸਦਰਾਂ ਸੁਣੀ ਲਈਆਂ, ਬਾਕੀ ਵੇਟ ਆ ਗਾਣੇ ਦੀ, ਜਦੋਂ ਫੁੱਲ ਸੌਂਗ ਆਊਗਾ ਫਿਰ ਆਪਾਂ ਨਾਲ ਹੀ ਉਹਦੀ ਗੱਲ। ਸਾਨੂੰ ਉਹਦੀ ਵੇਟ ਸੀ ਅਸੀਂ ਕਿਹਾ ਆ ਜਾਵੇ, ਬਟ ਉਹ ਕੀ ਪਤਾ ਹੁਣ ਕਦੋਂ ਆਵੇ ਨਾ, ਕਿਉਂਕਿ ਮਾਨ ਸਾਹਿਬ ਕੋਲ ਕੰਮ ਬਹੁਤ ਹੋਊਗਾ, ਮੂਵੀ ਦਾ ਵੀ ਹੋਊਗਾ, ਉਹ ਵੀ ਚੀਜ਼ਾਂ ਨਾ
ਸਾਰੀਆਂ ਦੇਖਣੀਆਂ ਉਹਨਾਂ ਨੇ ਤੇ ਫਿਰ ਆਪਾਂ ਨੂੰ ਵੀ ਖੁਸ਼ ਰੱਖਣਾ ਉਹਨਾਂ ਨੇ। ਹਾਂ ਸੋ ਦੋਸਤੋ ਜਦੋਂ ਇਹ ਗਾਣਾ ਆਪਾਂ ਜਲਦੀ ਲੈ ਕੇ ਆਵਾਂਗੇ, ਤੁਸੀਂ ਚੈਨਲ ਸਬਸਕ੍ਰਾਈਬ ਨੋਟੀਫਿਕੇਸ਼ਨ ਵਾਲਾ ਬਟਨ ਜ਼ਰੂਰ ਦੱਬ ਲਿਓ। ਮਿਲਦੇ ਹਾਂ ਫਿਰ ਆਪਾਂ ਅਗਲੀ ਵੀਡੀਓ 'ਚ। ਸਤਿ ਸ਼੍ਰੀ ਅਕਾਲ।